ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਦਿੱਲੀ ਦੇ ਵਿੱਚ ਹਜ਼ਾਰਾਂ ਕਿਸਾਨ ਘੇਰ ਲਏ ਗਏ ਨੇ, ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ 'ਤੇ ਦਿਖਾ ਰਹੇ ਹਾਂ। ਫਿਲਹਾਲ ਹਜ਼ਾਰਾਂ ਕਿਸਾਨਾਂ ਨੂੰ ਘੇਰ ਕੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਦਿੱਲੀ ਕੂਚ ਕਰ ਰਹੇ ਸਨ ਇਹ ਕਿਸਾਨ ਦਿੱਲੀ ਕੂਚ ਤੋਂ ਐਨ ਪਹਿਲਾਂ। ਇਹ ਤਸਵੀਰਾਂ ਜੋ ਤੁਸੀਂ ਵੇਖ ਪਾ ਰਹੇ ਹੋ, ਦਿੱਲੀ ਨੂੰ ਜਾਂਦੇ ਕਿਸਾਨਾਂ ਨੂੰ ਰਾਹ ਦੇ ਵਿੱਚ ਘੇਰ ਲਿਆ ਗਿਆ। ਰਾਹ ਘੇਰ ਕੇ ਬੈਰੀਗੇਟ ਲਾ ਦਿੱਤੇ ਗਏ ਨੇ, ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ। ਇਹਨਾਂ ਕਿਸਾਨਾਂ ਦੇ ਵੱਲੋਂ ਅੱਜ ਸੰਸਦ ਵੱਲ ਕੂਚ ਕੀਤਾ ਜਾਣਾ। ਸੰਸਦ ਜਾਣ ਤੋਂ ਪਹਿਲਾਂ ਹੀ ਇੱਕ ਕਿਸਾਨ ਦੱਸਿਆ ਜਾਂਦਾ ਹੈ ਕਿ ਰਾਹ ਦੇ ਵਿੱਚ ਘੇਰ ਲਏ ਗਏ ਨੇ ਹਜ਼ਾਰਾਂ ਕਿਸਾਨਾਂ ਨੂੰ। ਪੁਲਿਸ ਨੇ ਬੈਰੀਗੇਟ ਲਗਾ ਕੇ ਨਾਲ ਦੀ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੱਡੀ ਨਫ਼ਰੀ ਦਾ ਕਹਿ ਸਕਦੇ ਹੋ ਤੈਨਾਤ ਕਰ ਦਿੱਤੀ ਹੈ। ਕਿਸਾਨਾਂ ਦੀਆਂ ਕਈ ਮੰਗਾਂ ਨੇ ਜੋ ਕੇਂਦਰ ਸਰਕਾਰ ਤੋਂ ਪੂਰੀਆਂ ਕਰਵਾਈਆਂ ਜਾਣੀਆਂ ਨੇ। ਕੱਲ੍ਹ ਕਿਸਾਨਾਂ ਨੇ ਪਹਿਲਾਂ ਮਹਾਂਪੰਚਾਇਤ ਕੀਤੀ ਹੈ, ਮਹਾਂਪੰਚਾਇਤ ਤੋਂ ਠੀਕ ਬਾਅਦ ਅੱਜ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਦਿੱਲੀ ਕੂਚ ਕਰਨਗੇ, ਸੰਸਦ ਦੇ ਵੱਲ ਜਾਣਗੇ। ਪਰ ਸੰਸਦ ਜਾਣ ਤੋਂ ਐਨ ਪਹਿਲਾਂ ਦੱਸਿਆ ਜਾਂਦਾ ਹੈ ਕਿ ਕਿਸਾਨ ਘੇਰ ਲਏ ਗਏ ਨੇ, ਰਾਹ ਦੇ ਵਿੱਚ ਬੈਰੀਗੇਟ ਲਾ ਦਿੱਤੇ ਗਏ ਨੇ। ਤਸਵੀਰਾਂ ਤੁਸੀਂ ਬੈਰੀਗੇਟਿੰਗ ਦੀ ਦੇਖ ਪਾ ਰਹੇ ਹੋ, ਪਰ ਫਿਲਹਾਲ ਬਹੁਤ ਵੱਡੀ ਖਬਰ ਕਹਿ ਸਕਦੇ ਹਾਂ, ਕਿਸਾਨਾਂ ਨੂੰ ਰਾਹ ਘੇਰ ਕੇ ਬੈਰੀਗੇਟ ਲਗਾ ਕੇ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਸੰਸਦ ਵੱਲ ਨਾ ਵੱਧ ਸਕਣ। ਦਿੱਲੀ ਪੁਲਿਸ ਅੱਜ ਸਵੇਰ ਤੋਂ ਹੀ ਸੜਕਾਂ ਦੇ ਉੱਤਰ ਆਈ ਸੀ। ਦਿੱਲੀ ਪੁਲਿਸ ਦੇ ਵੱਲੋਂ ਸਵੇਰ ਤੋਂ ਹੀ ਦੱਸਿਆ ਜਾਂਦਾ ਹੈ ਕਿ ਸੜਕਾਂ ਦੇ ਉੱਤੇ ਉੱਤਰ ਕੇ ਫਿਲਹਾਲ ਜੋ ਜਾਣਕਾਰੀ ਮਿਲੀ ਹੈ ਕਿ ਉੱਤਰ ਕੇ ਅੱਜ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਪਰ ਇਸੇ ਵਿਚਕਾਰ ਇਹ ਵੱਡੀ ਜਾਣਕਾਰੀ ਤੁਹਾਡੀ ਸਕਰੀਨ 'ਤੇ ਸਾਂਝੀ ਕਰ ਰਹੇ ਹਾਂ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ। ਇਹ ਤਸਵੀਰਾਂ ਨੇ ਜਿੱਥੇ ਕਿਸਾਨਾਂ ਨੂੰ ਘੇਰੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਪਰ ਫਿਲਹਾਲ ਦੱਸ ਦਈਏ ਕਿਸਾਨਾਂ ਦੇ ਵੱਲੋਂ ਸੰਸਦ ਵੱਲ ਮਾਰਚ ਕੀਤਾ ਜਾਣਾ ਸੀ। ਕੱਲ੍ਹ ਮਹਾਂਪੰਚਾਇਤ ਹੋਈ ਹੈ ਯੂਪੀ ਸਥਿਤ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਕਿਸਾਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਅੱਜ ਇਸੇ ਵਿਚਕਾਰ ਜੋ ਜਾਣਕਾਰੀ ਮਿਲ ਰਹੀ ਹੈ ਯੂਪੀ ਅਤੇ ਗ੍ਰੇਟਰ ਨੋਇਡਾ ਦੇ ਕਿਸਾਨ ਇਕੱਠੇ ਹੋਏ। ਕਿਸਾਨਾਂ ਨੇ 8 ਫਰਵਰੀ 2024 ਨੂੰ ਦਿੱਲੀ ਦਾ ਕੂਚ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਦੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਰੋਕ ਸਕੇ ਅਤੇ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਬੈਰੀਗੇਟ ਤੈਨਾਤ ਕਰ ਦਿੱਤੇ ਗਏ ਨੇ। ਹਾਲਾਂਕਿ ਕਿਸਾਨਾਂ ਨੇ ਬੈਰੀਗੇਟ ਤੋੜਨ ਦੀ ਪਹਿਲਾਂ ਕੋਸ਼ਿਸ਼ ਕੀਤੀ ਹੈ, ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਕਿਸਾਨ ਇਸ ਕੰਮ 'ਚ ਸਫਲ ਨਾ ਹੋ ਪਾਏ ਤਾਂ ਜਿੱਥੇ ਬੈਰੀਗੇਟਿੰਗ ਕੀਤੀ ਗਈ ਉਹ ਰਾਹ ਰੋਕ ਦਿੱਤਾ ਗਿਆ, ਜਾਮ ਵਰਗੀ ਸਥਿਤੀ ਬਣ ਗਈ ਹੈ। ਫਿਲਹਾਲ ਕਿਸਾਨ ਸੜਕ ਦੇ ਵਿਚਾਲ ਹੀ ਇੱਥੇ ਬੈਠੇ ਹੋਏ ਨਜ਼ਰ ਆ ਰਹੇ ਨੇ। ਕਿਸਾਨ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਇੱਥੇ ਹੀ ਦਿੱਲੀ ਕੂਚ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਉਹੀ ਹਾਲਾਤ ਬਣ ਗਏ ਨੇ ਜਿਵੇਂ ਕਿਸਾਨ ਅੰਦੋਲਨ ਦੇ ਵੇਲੇ ਅੱਜ ਤੋਂ ਪਹਿਲਾਂ ਬਣੇ ਸਨ। ਤੁਸੀਂ ਵੇਖ ਸਕਦੇ ਹੋ ਕਿਸਾਨ ਅੰਦੋਲਨ ਵੇਲੇ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਨਜ਼ਰ ਆ ਰਹੇ ਸਨ ਤਾਂ ਹੁਣ ਇੱਕ ਵਾਰ ਫਿਰ ਦਿੱਲੀ ਦੇ ਬਾਰਡਰ ਸੀਲ ਹੁੰਦੇ ਜਾ ਰਹੇ ਨੇ। ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਫਿਲਹਾਲ ਅਸੀਂ ਮੌਕੇ ਦੀਆਂ ਦਿਖਾ ਰਹੇ ਹਾਂ। ਤਸਵੀਰਾਂ ਦੇ ਨਾਲ ਦੱਸ ਦਈਏ ਕਿ ਤੁਸੀਂ ਤਸਵੀਰਾਂ 'ਚ ਵੇਖ ਪਾ ਰਹੇ ਹੋ ਕਿਸ ਤਰੀਕੇ ਕਿਸਾਨਾਂ ਦੇ ਵੱਲੋਂ ਜੋ ਵੱਡੀ ਗਿਣਤੀ ਦੇ ਵਿੱਚ ਬਾਰਡਰ 'ਤੇ ਇਕੱਠ ਕੀਤਾ ਗਿਆ ਉਸ ਦੀਆਂ ਇਹ ਤਸਵੀਰਾਂ ਲਾਈਵ ਨੇ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਸਾਂਝੀਆਂ ਕਰ ਰਹੇ ਹਾਂ। ਫਿਲਹਾਲ ਇਹਨਾਂ ਤਸਵੀਰਾਂ ਦੱਸ ਦਈਏ ਕਿ ਅੱਜ ਦਿੱਲੀ ਦੇ ਵਿੱਚ ਕਿਸਾਨਾਂ ਨੇ ਪਹਿਲਾਂ ਕੱਲ੍ਹ ਮਹਾਂਪੰਚਾਇਤ ਕੀਤੀ ਹੈ ਅਤੇ ਅੱਜ ਸਵੇਰੇ ਦਿੱਲੀ ਨੂੰ ਚਾਲੇ ਪਾਏ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਕਿਸਾਨ ਅੱਗੇ ਵਧੇ। ਦਿੱਲੀ ਨਾਲ ਲੱਗਦੇ ਨੋਇਡਾ ਅਤੇ ਕਿਸਾਨ ਸੰਗਠਨਾਂ ਨੇ ਆਪਣੀ ਸਮੱਸਿਆਵਾਂ ਦੇ ਹੱਲ ਲਈ ਦਿੱਲੀ ਕੂਚ ਕੀਤਾ। ਇਹ ਸਾਰੇ ਅੱਜ ਦੁਪਹਿਰ 1 ਵਜੇ ਮਹਾਮਾਇਆ ਫਲਾਈਓਵਰ 'ਤੇ ਪਹਿਲਾਂ ਇਕੱਠੇ ਹੋਏ, ਫਿਰ ਚਿੱਲਾ ਬਾਰਡਰ ਦੇ ਵਾਲੇ ਨਾਲ ਪੈਦਲ ਮਾਰਚ ਕੀਤਾ ਅਤੇ ਆਪਣੇ ਟਰੈਕਟਰ ਟਰਾਲੀਆਂ ਦੇ ਨਾਲ ਅੱਗੇ ਵੱਧਦੇ ਗਏ। ਨੋਇਡਾ ਨੂੰ ਲੈ ਕੇ ਚਿੱਲਾ ਬਾਰਡਰ ਤੱਕ ਕਈ ਥਾਂ 'ਤੇ ਟ੍ਰੈਫਿਕ ਜਾਮ ਵਰਗੀ ਸਥਿਤੀ ਬਣ ਗਈ ਹੈ। ਪਰ ਇਸੇ ਵਿਚਕਾਰ ਪੁਲਿਸ ਨੇ ਇਸ ਵਿਚਕਾਰ ਦੱਸਿਆ ਜਾਂਦਾ ਹੈ ਕਿ ਪੁਲਿਸ ਵੱਲੋਂ ਇਹਨਾਂ ਇਸੇ ਵਿਚਕਾਰ ਕਿਸਾਨਾਂ ਨੂੰ ਰਾਹ 'ਚ ਰੋਕ ਲਿਆ ਗਿਆ, ਬੈਰੀਗੇਟ ਲਗਾ ਦਿੱਤੇ ਗਏ ਨੇ। ਕਿਸਾਨਾਂ ਦੋਸ਼ ਹੈ ਕਿ NTPC ਦੇ ਵੱਖ ਵੱਖ ਕਿਸਾਨਾਂ ਨੂੰ ਇੱਕੋ ਬਰਾਬਰ ਮੁਆਵਜ਼ਾ ਦੇਣ ਦੀ ਥਾਂ ਵੱਖ ਵੱਖ ਮੁਆਵਜ਼ਾ ਦਿੱਤਾ ਗਿਆ। 81 ਪਿੰਡਾਂ ਦੇ ਕਿਸਾਨ ਨੋਇਡਾ ਅਥਾਰਟੀ ਦੇ ਖਿਲਾਫ਼ ਧਰਨਾ ਦੇ ਰਹੇ ਨੇ। ਕਿਸਾਨਾਂ ਦੀ ਮੰਗ ਹੈ ਕਿ 10% ਪਲਾਟ ਨੋਇਡਾ ਜੋ ਪ੍ਰਾਧੀਕਰਨ ਹੈ ਉਹਨਾਂ ਨੇ ਆਪਣੇ ਨਾਮ ਕਰ ਲਏ ਨੇ ਅਤੇ ਉਹਨਾਂ ਨੂੰ ਵਾਪਸ ਕੀਤਾ ਜਾਵੇ। ਪਰ ਫਿਲਹਾਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰ ਵੱਲ ਲਗਾਤਾਰ ਵੱਧ ਰਹੇ ਨੇ। ਤੁਸੀਂ ਵੇਖ ਸਕਦੇ ਹੋ ਬਜ਼ੁਰਗ ਬੀਬੀਆਂ ਨੂੰ ਕਿੱਦਾਂ ਪੁਲਿਸ ਵਾਲੇ ਘੜੀਸ ਘੜੀਸ ਕੇ ਲੈ ਆਪਣੇ ਨਾਲ ਲੈ ਕੇ ਜਾ ਰਹੇ ਨੇ। ਇਹ ਕਿਸਾਨ ਧਰਨਾ ਦੇਣ ਆਏ ਸਨ।
ਜਿਨ੍ਹਾਂ ਦੇ ਵਿਚਕਾਰ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਨੇ। ਉਹਨਾਂ ਦੇ ਨਾਲ ਬੱਚੇ ਇੱਥੇ ਪਹੁੰਚੇ ਨੇ ਅਤੇ ਇਹਨਾਂ ਕਿਸਾਨਾਂ ਵੱਲੋਂ ਨੋਇਡਾ ਪ੍ਰਸ਼ਾਸਨ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਪਰ ਫਿਲਹਾਲ ਬਹੁਤ ਵੱਡੀ ਖਬਰ ਕਹੀ ਜਾ ਸਕਦੀ ਹੈ ਜੋ ਤਸਵੀਰਾਂ ਨਾਲ ਦਿਖਾ ਰਹੇ ਹਾਂ, ਕਿਸ ਤਰੀਕੇ ਹਜ਼ਾਰਾਂ ਕਿਸਾਨਾਂ ਨੂੰ ਪੁਲਿਸ ਨੇ ਘੇਰ ਲਿਆ। ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਪਹੁੰਚੇ ਅਤੇ ਇਹਨਾਂ ਨੂੰ ਰਾਹ 'ਚ ਰੋਕ ਲਿਆ ਗਿਆ। ਹਲੇ ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਨੇ ਵੀ ਦਿੱਲੀ ਵੱਲ ਕੂਚ ਕਰਨਾ ਹੈ। ਇਸੇ ਵਿਚਕਾਰ 13 ਫਰਵਰੀ ਦਾ ਦਿਨ ਮਿੱਥਿਆ ਗਿਆ। 13 ਫਰਵਰੀ ਨੂੰ ਪੰਜਾਬ ਦੇ ਕਿਸਾਨ ਵੀ ਦਿੱਲੀ ਵੱਲ ਕੂਚ ਕਰਨਗੇ। ਉੱਥੇ ਦਿੱਲੀ 'ਚ ਧਰਨਾ ਦੇਣ ਦੀ ਤਿਆਰੀ ਕੀਤੀ ਗਈ ਹੈ, ਪਰ ਉਸ ਤੋਂ ਪਹਿਲਾਂ ਨੋਇਡਾ ਦੇ ਕਿਸਾਨਾਂ ਵੱਲੋਂ ਇਹ ਜੋ ਧਰਨਾ ਪ੍ਰਦਰਸ਼ਨ ਕਰਨ ਦੀ ਸੰਸਦ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸਨੂੰ ਦਿੱਲੀ ਪੁਲਿਸ ਅਸਫਲ ਬਣਾਉਣ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ ਤੁਹਾਡੀ ਸਕਰੀਨ 'ਤੇ ਅਸੀਂ ਸਾਫ਼ ਦਿਖਾ ਰਹੇ ਹਾਂ। ਨੋਇਡਾ ਦੇ ਵਿੱਚ ਇਸ ਵੇਲੇ ਹਾਲਾਤ ਕੀ ਨੇ? ਇਸ ਵਿਚਕਾਰ ਕੁਛ ਅਧਿਕਾਰੀਆਂ ਦੇ ਨਾਲ ਮੌਕੇ 'ਤੇ ਮੌਜੂਦ ਜੋ ਕੁਛ ਲੋਕਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਤੁਹਾਨੂੰ ਸੁਣਾਵਾਂਗੇ, ਪਰ ਇੱਕ ਵਾਰ ਤੁਹਾਨੂੰ ਮੌਕੇ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਜੋ ਤਸਵੀਰਾਂ ਮੌਕੇ 'ਤੇ ਜੋ ਹੰਗਾਮਾ ਹੋ ਰਿਹਾ ਕਿਸ ਤਰੀਕੇ ਕਾਮ ਹੈ ਫਿਲਹਾਲ। ਹਾਂ ਵੀਡੀਓ ਦਾ ਕੰਮ ਹੈ, ਉਤਾਰ ਰਹੇ ਹਾਂ।